ਉਸਤਾਦ ਹਾਂਜੀ ਹਾਂਜੀ ਉਹ ਕਿੱਧਰ ਜਾ ਰਿਹਾ ਵਾ ਮੈਂ ਜਾ ਰਿਹਾ ਯਾਰ ਕੋਈ ਤੇਲ ਲੈਣਾ ਸੀ ਪੰਪ ਤੇ ਜਾ ਰਿਹਾ ਅੱਛਾ ਕਿੱਧਰ ਜਾਣਾ ਅਸੀਂ ਕੰਮ ਕਾਰ ਵਾਲੇ ਬੰਦੇ ਆ ਯਾਰ ਤੇਲ ਤੈਨੂੰ ਮੈਂ ਵੇਚਦਾ ਵਾ ਮੈਂ ਅੱਧੇ ਰੇਟ ਤੋਂ ਤੈਨੂੰ ਦੇ ਦਿਆਂਗਾ ਅੱਧੇ ਰੇਟ ਤੇ ਹਾਂ ਸਸਤਾ ਤੇ ਉਹ ਕਿਵੇਂ ਤੂੰ ਛੱਡ ਮੈਂ ਮਾਲਕਾਂ ਨੂੰ ਮੈਂ ਰਾਜੀ ਕਰਨਾ ਤੈਨੂੰ ਤੇ ਤੇਲ ਚਾਹੀਦਾ ਤੂੰ ਉੱਥੇ ਪੂਰੇ ਪੈਸੇ ਦੇਣੇ ਮੈਂ ਤੈਨੂੰ ਅੱਧੇ ਦਾਂਗਾ ਨਹੀਂ ਦੇਵੇਂਗਾ ਕਿੱਥੋਂ ਟਰੈਕਟਰ ਚੋਂ ਕੱਢ ਕੇ ਦੇਵਾਂਗਾ ਚੋਂ ਅੱਛਾ ਹਾਂ ਟਰੈਕਟਰ ਕੱਢ ਕੇ ਜੇ ਤੇਰੇ ਮਾਲਕਾਂ ਨੂੰ ਪਤਾ ਲੱਗ ਗਿਆ ਮਾਲਕਾਂ ਨੂੰ ਕਿੱਥੇ ਪਤਾ ਲੱਗਦਾ ਮਾਲਕ ਲੰਮੀ ਤਾਣ ਕੇ ਸੁੱਤੇ ਹੁੰਦੇ ਆ ਅੱਛਾ ਠੀਕ ਆ ਨਾ ਚੱਲ ਫਿਰ ਠੀਕ ਆ ਵੀ ਸੁਣੀਲਾ ਪੜ ਤੇ ਭਰ ਦੇ ਇਹਨੂੰ ਅੱਛਾ ਫਿਰ ਪੈਸੇ ਤਿੰਨ ਦੇ ਵਾਹ ਬਈ ਵਾਹ ਇਹ ਤੇ ਵਾਹ ਵਾਹ ਮੌਜ ਲੱਗੀ ਪੈਸੇ ਇਹਨੂੰ ਦੇ ਦਿੰਦੇ ਆ ਤੇਲ ਫਿਰ ਚੱਲ ਠੀਕ ਹਿਸਾਬਾ ਕਿਤਾਬਾਂ ਇਕੱਠਾ ਕਰ ਲਾਂਗੇ ਠੀਕ ਹੋ ਗਿਆ ਠੀਕ ਹੈ ਅਸਲੀ ਆ ਨਾ ਇਹ ਨਾ ਨਾ ਹੋਵੇ ਕਮਾਲ ਵਾਲੀ ਗੱਲ ਹੈ ਯਾਰ ਚਿੱਟਿਆ ਚਲੋ ਠੀਕ ਠੀਕ ਹੈ ਜੀ ਨਾ ਭਰੀ ਟੈਂਕੀ ਦੇ ਵਿੱਚੋਂ 10-15 ਲੀਟਰ ਨਿਕਲ ਗਿਆ ਤੇ ਕਿਹੜਾ ਫਰਕ ਪੈਣਾ ਮਾਲਕਾਂ ਨੂੰ ਕੀ ਪਤਾ ਡਾੜੀ ਚੰਗੀ ਲੱਗ ਗਈ ਆ ਉਹ ਮਾਲਕ ਨਵੇਂ ਸੁੱਤੇ ਪਏ ਆ ਉਹਨਾਂ ਨਵਾਂ ਨਵਾਂ ਟਰੈਕਟਰ ਲਿਆ ਉਹਨਾਂ ਨੂੰ ਕੀ ਪਤਾ ਚੱਲ ਉਹ ਬੰਦਿਆ ਜਾ ਕੇ ਗੋਲ ਲੀਫ ਦੀ ਡੱਬੀ ਪੀ ਸਾਰਾ ਕੰਮ ਮੈਂ ਖਤਮ ਕਰਿਆ ਜੀ ਟੈਂਕੀ ਭਰੀ ਹੋਈ ਸੀ ਖਤਮ ਹੋ ਗਈ ਉਹ ਸਾਰੀ ਖਤਮ ਹੋ ਗਈ ਜੀ ਉਸਤਾਦ ਜੀ ਚਲੋ ਕੋਈ ਗੱਲ ਨੀ ਕੰਮ ਬਾਕੀ ਆਪਾਂ ਸਾਰਾ ਨਿਯਤਨਾ ਕਰੀਦਾ ਜੀ ਠੀਕ ਜੀ ਐ ਫੜ ਪੈਸੇ ਮਾਲਕ ਵੀ ਲਾਗੇ ਖੜਾ ਤੇ ਖਰਬੂਜੇ ਤੇ ਸਿਰ ਵਾਲਾ ਕਿਧਰੋਂ ਆਉਣ ਦੇ ਆ ਅੱਜ ਫਸ ਗਏ ਕੀ ਕੀਆ ਗਈ ਉਹ ਨਹੀਂ ਚੋਰ ਸਾਹਿਬ ਮੈਂ ਇਹ ਗੱਲ ਕਰ ਰਿਹਾ ਵੀ ਉਹ ਪਾਗਲ ਜਿਹਾ ਬੰਦਾ ਇੱਕ ਉਹ ਬਸ ਐਵੇਂ ਪਾਣੀ ਲੈਣ ਤੁਰਿਆ ਹੁੰਦਾ ਪਾਣੀ ਹਾਂਜੀ ਉਹ ਜਿਹੜਾ ਉਹ ਚਬਾ ਜਿਹਾ ਚਾਹ ਜਿਹਾ ਆ ਰਿਹਾ ਹਾਂਜੀ ਆ ਰਿਹਾ ਜੀ ਇਹ ਪਾਣੀ ਪੂਣੀ ਲੈਣ ਦੰਗਦਾ ਜੀ ਮੇਰੇ ਨਾਲ ਬਹੁਤ ਤੇਲ ਦੇ ਤੇ ਮੈਂ ਨਿਕਲਾ ਮੈਂ ਜਾ ਕੇ ਗੱਡੀ ਚ ਪਾਉਣਾ ਕੱਢ ਤੇਲ ਕੱਢ ਜੀ ਤੂੰ ਕੱਢਦਾ ਹੁੰਦਾ ਵਿੱਚ ਟੈਂਕੀ ਦਾ ਤੇਲ ਨੀ ਕੱਢਦਾ ਹੁੰਦਾ ਹੈਲੋ ਹਾਂਜੀ ਕਿੱਥੋਂ ਤੇਲ ਕੱਢਣ ਇਹ ਉੱਥੋਂ ਕੱਢ ਕੇ ਜੇ ਦਿੰਦਾ ਭਾਈ ਜਾਨੇ 5000 ਰੁਪਏ ਐਡਵਾਂਸ ਲਏ ਹੋਏ ਨੇ ਓ ਹੈਲੋ ਓ ਭਾਈ ਕੀ ਕਿੱਥੋਂ ਤੇਲ ਤੂਲ ਕੀ ਹੈ ਤੂੰ ਵਿੱਚ ਨਾ ਸਾਡਾ ਆਪਾਂ ਤੇ ਦੱਸੋ ਦਾ ਹੈਗਾ ਤੇਰਾ ਵਿੱਚ ਕੀ ਕੰਮ ਇਹ ਕੀ ਮੈਂ ਮਾਲਕ ਹਾਂ ਟਰੈਕਟਰ ਦਾ ਤੇ ਮੇਰਾ ਕੀ ਤਲਕ ਵਿੱਚ ਹੈਂ ਹਾਂ ਕੀ ਚੱਕਰ ਹੈ ਨਹੀਂ ਚੋਰ ਸਾਹਿਬ ਕੋਈ ਚੱਕਰ ਨਹੀਂ ਹੈ ਵੈਸੇ ਤੈਨੂੰ ਪਤਾ ਨਹੀਂ ਓ ਸਿੱਧੀ ਗੱਲ ਦੱਸ ਸਿੱਧੀ ਗੱਲ ਕਰ ਕੀ ਗੱਲ ਹੈ ਹੈ ਬੋਲਦਾ ਨਹੀਂ ਯਾਰ ਇਹਦੇ ਕੋਲ ਭਾਈ ਜਾਨੇ ਮੇਰੀ ਗੱਲ ਸੁਣ ਇੱਕ ਮਿੰਟ ਤਮੀਜ਼ ਨਾਲ ਜਰਾ ਤਮੀਜ਼ ਨਾਲ ਹਾਂ ਕੀ ਮਸਲਾ ਹੈ ਕੋਈ ਮਸਲਾ ਨਹੀਂ ਚੋਰ ਸਾਹਿਬ ਸਿੱਧੀ ਗੱਲ ਕਰ ਉਹ ਨਹੀਂ ਚੋਰ ਸਾਹਿਬ ਕੋਈ ਮਸਲਾ ਨਹੀਂ ਹੈਗਾ ਹਾਂ ਨਹੀਂ ਤੇਲ ਹੁਣ ਕੱਢ ਦੇ ਯਾਰ ਤੂੰ ਕੰਮ ਕਰ ਲੈ ਉਹ ਕਾਹਦਾ ਤੇਲ ਕਿੱਥੋਂ ਤੇਲ ਕੱਢ ਦੇ ਚੋਰ ਸਾਹਿਬ ਇਹ ਐਵੇਂ ਮਾਰੀ ਜਾਂਦਾ ਚੱਲ ਯਾਰ ਮੇਰੇ ਕੰਮ ਦਾ ਟਾਈਮ ਸਾਈਡ ਤੇ ਹੋ ਤੂੰ ਚੱਲ ਓਏ ਬਾਹਰ ਤੇ ਓ ਹੈਲੋ ਭਾਈ ਉਹ ਮੈਂ ਮਾਲਾ ਕਾ ਗੱਡੀ ਦਾ ਓਏ ਮੈਨੂੰ ਗੁੱਸਾ ਨਾ ਚੜਾ ਥਾ ਤਮੀਜ਼ ਕੋਈ ਤੈਨੂੰ ਪੰਗਾ ਪਾ ਜਣਾ ਪੰਗਾ ਪੰਗਾ ਪੈ ਜਾ ਓਏ ਕਾਲੇ ਗੱਲ ਕਰ ਸਹੀ ਤੇਲ ਪਾ ਤੂੰ ਤੇਲ ਪਾ ਸਭ ਕੋਈ ਨਹੀਂ ਰੌਲਾ ਹੈਗਾ ਚੋਰ ਸਾਹਿਬ ਕੋਈ ਰੌਲਾ ਨਹੀਂ ਹੈਗਾ ਇਹ ਤੇ ਐਵੇਂ ਕੀ ਮੰਗ ਰਿਹਾ ਮੈਂ ਇਹਦੇ ਕੋਲ ਅਸਲਾ ਮੰਗਣ ਦੇ ਆ ਕਲੈਸ਼ਨ ਕੋਪ ਉਹ ਤੇਲ ਮੰਗਣ ਦੇ ਆ ਚੋਰ ਸਾਹਿਬ ਅਸਲ ਦੇ ਵਿੱਚ ਨਾ ਇਹ ਤੇਲ ਛੱਡ ਪਰੇ ਤੇ ਵੇਲ ਲਈ ਤੇਲ ਵੇਚਣਾ ਉਹ ਨਹੀਂ ਚੋਰ ਸਾਹਿਬ ਅਸਲ ਦੇ ਵਿੱਚ ਨਾ ਇਹਦੇ ਕੰਨ 'ਚ ਪੈ ਗਏ ਸੀ ਕੀੜੇ ਇੱਕ ਦਿਨ ਮੇਰੇ ਕੋ ਆ ਗਿਆ ਇਹਦੇ ਖੁਜਲੀ ਹੁੰਦੀ ਸੀ ਕੁੱਤੇ ਵਾਲੀ ਉਹ ਮੈਂ ਨੂੰ ਤੂੰਬਾ ਕੱਢ ਕੇ ਤੇਲ ਦਾ ਇਹਦੇ ਕੰਨ ਨਚੋੜ ਦਿੱਤਾ ਇਹ ਪਾਗਲ ਆ ਆਪਣੀ ਅੱਜ ਕੱਲ ਮੈਨ ਦੇ ਹੈਲੋ ਪੈਨ ਚੁੱਕੀ ਫਿਰ ਹੈਲੋ ਤੂੰ ਸਹੀ ਸਹੀ ਜਿਹੜੀ ਗੱਲ ਹੈ ਉਹ ਗੱਲ ਦਾ ਸਹੀ ਤੇ ਮੇਰੇ ਗੱਲ ਮੇਰੇ ਗੱਲ ਤਮੀਜ਼ ਨਾ ਖਲੋ ਇੱਥੇ ਨਾਲ ਹੋਈ ਰੰਗ ਵੇਖ ਹੈ
ਆਪ ਇਨਸਾਫ ਕਰ ਇਹਨੇ ਕੰਮ ਕੀ ਕਰਨਾ ਕਾਲੀ ਬਟੂਏ ਨੇ ਪੈਸੇ ਸੀ ਮੇਰੇ ਮੈਂ ਦਿੱਤੇ ਹੋਏ ਸੀ ਹਾਂ ਤੇ ਹੁਣ ਜਾਣੇ ਤੂੰ ਤੇ ਜਾਣੇ ਤੇਰੀ ਕਾਲੀ ਕਲੈਕਸ਼ਨ ਕੋਪ ਐਵੇਂ ਤੇਲ ਵੇਚ ਰਹੇ ਬੰਦਾ ਮੰਗਵਾਉਣਾ ਤੇ ਫੇਰ ਉਹ ਤੁਹਾਨੂੰ ਸਬਕ ਸਿਖਾਵੇਗਾ ਬਿਲਕੁਲ ਓ ਚੀਤੇ ਤੇ ਮੀਦੇ ਇਧਰ ਆਈ ਇਹਨੂੰ ਫੜ ਕੇ ਨਾ ਇਹਦੀ ਜਰਾ ਸਹੀ ਤਰ੍ਹਾਂ ਮੁਰੰਮਤ ਕਰੋ ਜਿਸ ਤਰ੍ਹਾਂ ਟਰੈਕਟਰ ਦੀ ਬੜਾ ਸ਼ਾਬਿਤ ਹੁੰਦੀ ਪਿੰਜਾ ਨੂੰ ਪਿੰਜ 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 ਕੋ ਯਾਦ ਕੀ ਲੈਣ ਕੀ ਲੈਣ ਥੱਲੇ ਲੰਮੇ ਪਾਣੀ ਪਿੰਜਾ ਮਾਰਾ ਨੂੰ ਚੰਗੀ ਤਰ੍ਹਾਂ ਦੀ ਪਿੰਜ ਕੱਢੋ ਤਮੀਜ਼ ਕੋਈ ਨਹੀਂ ਜਨਾਬ ਇਹਨਾਂ ਨੂੰ ਹੁਣ ਤਾਂ ਜ਼ਬਾਨ ਹੀ ਬਾਹਰ ਆਈ ਪਈ ਸੋ ਅੱਛਾ ਆਪਣਾ ਕਾਲੀ ਜੁਰਾਬ ਤੇਲ ਮਿਲ ਜਾਵੇਗਾ ਓਏ ਜਾ ਚੱਲ ਜਾ ਗੰਜੀਆ ਜੀ ਅੱਗੇ ਮੈਨੂੰ ਮਰਵਾ ਦਿੱਤਾ ਈ ਅੱਛਾ ਮਾਰ ਪੈ ਗਈ ਅੱਗੇ ਚੋਰ ਤਨ ਜੂਸ ਪਿਆਂਦੇ ਜਾ ਚੱਲ ਜਾ ਹੈ ਕਿੱਡਾ ਤੇਰਾ ਮਾੜੇ ਖਰਬੂਜੇ ਵਗਰਾ ਸੇਰੀ ਓ ਜਾ ਜਾ ਕੰਮ ਕਰ ਜਾ ਨਹੀਂ ਹੈਗਾ ਆ ਟਰੈਕਟਰ ਖਲੋਤਾ ਮੈਂ ਨਹੀਂ ਕਰਦਾ ਕੰਮ ਨਹੀਂ ਕਰਨਾ ਨਹੀਂ ਚੱਲ ਹੋ ਜਾ ਨਾ ਤੇਲ ਆ ਨਾ ਕੁਛ ਚੱਲ ਕਰ ਜਾ ਵੇਖ ਲੈ ਇਹਦੀ ਤਬੀਅਤ ਹੀ ਬੇਈਮਾਨਾ ਲਈ ਮੂੰਹ ਵੇਖ ਇਹਦਾ ਬੇਈਮਾਨਾ ਕਰ ਕਰਕੇ ਅੱਧਾ ਬਾਂਦਰ ਹੋਇਆ ਪਿਆ ਚਲੋ ਪੰਪ ਤੋਂ ਲੈ ਲੈਨੇ ਆ